ਕੋਰੋਨਾ ਵਾਇਰਸ ਦੇ ਚਲਦਿਆਂ ਮੁੱਖ ਮੰਤਰੀ ਪੰਜਾਬ ਵੱਲੋਂ ਆਦੇਸ਼ ਦਿੱਤੇ ਗਏ ਸਨ ਕਿ ਜੇਲ੍ਹਾਂ ਵਿੱਚੋਂ ਕੈਦੀਆਂ ਨੂੰ ਪੈਰੋਲ 'ਤੇ ਰਿਹਾਅ ਕੀਤਾ ਜਾਵੇ। ਇਸ ਲੜੀ ਤਹਿਤ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਤੋਂ ਕੈਦੀਆਂ ਨੂੰ ਰਿਹਾਅ ਕਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਅੱਜ 20 ਦੇ ਕਰੀਬ ਕੈਦੀਆਂ ਨੂੰ 56 ਦਿਨ ਦੀ ਪੈਰੋਲ 'ਤੇ ਰਿਹਾਅ ਕੀਤਾ ਗਿਆ। ਕੈਦੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਕੈਦੀਆਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੇਲ੍ਹ ਸੁਪਰੀਡੈਂਟ BS ਭੁੱਲਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹੁਣ ਤੱਕ ਕੇਂਦਰੀ ਜੇਲ੍ਹ ਗੁਰਦਾਸਪੁਰ ਤੋਂ 50 ਕੈਦੀ ਅਤੇ 60 ਹਵਾਲਾਤੀਆਂ ਨੂੰ ਰਿਹਾਅ ਕੀਤਾ ਗਿਆ ਹੈ ਅਤੇ ਅੱਗੇ ਹੋਰ 100 ਦੇ ਕਰੀਬ ਹਵਾਲਾਤੀਆਂ ਅਤੇ ਕੈਦੀਆਂ ਨੂੰ 56 ਦਿਨ ਦੀ ਪੈਰੋਲ 'ਤੇ ਰਿਹਾਅ ਕੀਤਾ ਜਾਵੇਗਾ। ਇਸ ਤਰ੍ਹਾਂ ਟੋਟਲ 300 ਦੇ ਕਰੀਬ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਦੇ ਵਿੱਚ ਜਿਹੜਾ ਸਾਡਾ ਅਸੀਂ 50 ਕੈਦੀ ਹੁਣ ਤੱਕ ਅੱਜ ਤੱਕ ਛੱਡ ਚੁੱਕੇ ਹਾਂ, 60 ਅਸੀਂ ਜਿਹੜੇ ਹਵਾਲਾਤੀ ਅੱਜ ਤੱਕ ਛੱਡ ਚੁੱਕੇ ਹਾਂ, ਕਰੀਬ ਕੁ 100 ਅਸੀਂ ਹਵਾਲਾਤੀ ਹੋਰ ਛੱਡਾਂਗੇ ਅਤੇ ਕਰੀਬ 100-125 ਹੀ ਅਸੀਂ ਕੈਦੀ ਹੋਰ ਛੱਡਾਂਗੇ। ਜਾਣਿਆ ਕਿ ਸਾਡਾ 325 ਲਾਗੇ ਜਿਹੜਾ ਹੈਗਾ ਉਹ ਬੰਦੀ ਸਾਨੂੰ ਇੱਥੋਂ ਇਮੀਡੀਏਟਲੀ ਅਸੀਂ ਛੱਡਣ ਵਾਸਤੇ। ਇਹ ਵੇਖੋ ਜੀ, ਜਿਹੜੀ ਪੰਜਾਬ ਸਰਕਾਰ ਨੇ ਬੜਾ ਵੱਡਾ ਜਿਹੜਾ ਸਟੈਪ ਲਿਆ ਹੈ ਵੀ ਜਿਹੜੇ ਕੋਰੋਨਾ ਵਾਇਰਸ ਨੂੰ ਮੁੱਖ ਰੱਖਦੇ ਹਾਂ ਵੀ ਜ਼ਿਲ੍ਹਿਆਂ ਦੀ ਗਿਣਤੀ ਘਟਾਉਣ ਵਾਸਤੇ ਵੀ ਤਾਂ ਕਿ ਉਹ ਇੱਥੇ ਠੀਕ ਠਾਕ ਰਹਿ ਸਕਣ। ਗੁਰਦਾਸਪੁਰ ਸੈਂਟਰ ਜੇਲ੍ਹ ਤੋਂ ਅਸੀਂ ਇੰਨੇ ਬੰਦੇ ਛੱਡ ਚੁੱਕੇ ਹਾਂ, ਬਾਕੀ ਜਿਵੇਂ ਜਿਵੇਂ ਸਾਡੇ ਕੋਲ ਹੁਕਮ ਆਈ ਜਾਣਗੇ ਅਸੀਂ ਬਾਕੀ ਵੀ ਬੰਦੇ ਰਿਲੀਜ਼ ਕਰ। ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ, ਮੈਂ 302 ਦੇ ਵਿੱਚ ਕੈਦ ਕੱਟ ਰਿਹਾ ਜੀ ਅਤੇ ਸਾਨੂੰ ਕੋਰੋਨਾ ਵਾਇਰਸ ਕਰਕੇ ਛੱਡਿਆ ਗਿਆ ਜੀ। ਅਸੀਂ 4 ਸਾਲ ਤੋਂ ਕੈਦ ਕੱਟ ਰਹੇ ਹਾਂ ਜੀ। ਹਾਂਜੀ, ਸਾਨੂੰ ਪ੍ਰੋਬਲਮ ਮਿਲੀ ਹੈ ਜੀ। ਕਿੰਨੇ ਬੰਦੇ ਟੋਟਲ ਰਿਹਾਅ ਹੋਏ ਜੀ? ਅੱਜ ਤਕਰੀਬਨ 8 ਦੀ ਪ੍ਰੋਬਲਮ ਮਿਲੀ ਹੈ ਜੀ, 8 ਨੂੰ। ਹਾਂਜੀ, ਇੱਕ ਵਾਰ ਸਰਕਾਰ ਉੱਦਾਂ ਵੀ ਛੱਡ ਰਹੀ ਹੈ ਜੀ ਬੰਦੇ ਨੂੰ। ਕੀ ਕਹਿਣਾ ਚਾਹੀਦਾ ਸਰਕਾਰ ਬਾਰੇ? ਬਹੁਤ ਵਧੀਆ ਜੀ, ਧੰਨਵਾਦ ਜੀ ਸਰਕਾਰ ਦੇ, ਸਾਨੂੰ ਰਾਹਤ ਮਿਲ ਰਹੀ ਹੈ ਜੀ। ਮੇਰਾ ਨਾਮ ਸੁਖਪ੍ਰੀਤ ਸਿੰਘ ਹੈ ਜੀ, ਮੈਂ ਸੁਲਤਾਨਪੁਰ ਚੀਮਾ ਦਾ ਰਹਿਣ ਵਾਲਾ ਜੀ। ਮੈਂ 302 ਦੇ ਵਿੱਚ ਇੱਥੇ ਸਜ਼ਾ ਕੱਟ ਰਿਹਾ ਜੀ ਕਦਰ ਦੇ ਵਿੱਚ, ਅਤੇ ਸਾਨੂੰ ਸਰਕਾਰ ਕੋਰੋਨਾ ਵਾਇਰਸ ਕਰਕੇ ਛੁੱਟੀ ਮਿਲੀ ਗਈ ਹੈ ਅਤੇ 4 ਸਾਲ ਹੋ ਗਏ ਜੀ ਮੈਨੂੰ ਅੰਦਰ ਰਹਿੰਦੇ ਨੂੰ, ਅਤੇ ਇਸ ਕਰਕੇ ਹੁਣ ਛੁੱਟੀ 'ਤੇ ਜਾ ਰਹੇ ਹਾਂ। ਸਰਕਾਰ ਦਾ ਬਹੁਤ ਵੱਡਾ ਉਪਰਾਲਾ ਆ ਅਤੇ ਬਹੁਤ ਧੰਨਵਾਦ ਜੀ ਸਰਕਾਰ ਦੇ ਜੀ। ਕਿੰਨੇ ਦੀ ਛੁੱਟੀ ਮਿਲੀ? ਛੁੱਟੀ ਸਾਨੂੰ 56 ਦਿਨ ਦੀ ਮਿਲੀ ਹੈ ਜੀ। इस चैनल पर चल रहे मुद्दों पर अपने विचार देने के लिए कमेंट करें और अपडेट रहने के लिए चैनल को लाइक एंड सब्सक्राइब करें और हाँ, बेल आइकन दबाना ना भूलें।